पिछे मेरे वो चौंक देख सकते हैं जिथे साढ़े तीन योध्या शहीद आजम सरदार भगत सिंह राजगुरु सुखदेव इस जगह पर इस स्थान पर उन्होंने उस समय की अंग्रेज हकूमत ने फांसी दे चाढ़िया सी। लत्तां कंबरियां मेरिया क्योंकि यह पवित्र स्थान आ जिथे साडे उस योधे नूं तीन योधिया इत्थे फांसी दिती गई। बोलिया नहीं जा रहा क्योंकि ये थां ही एडा वड्डा जिहड़ा देश दियां देश नूं जिहड़ियां गुलामी दियां जंजीरां सी उह जंजीरां तोड़ के सानूं आजादी मिली सी। मैनू पता लग्या कि इत्थे उन्हां दा बुत उन्हां दा नाम इस चौक दा रखण ते वी मुखालफत हुंदी आ ते इहदा मतलब इह आ कि उन्हां दी आज़ादी नूं असीं जिहड़ा पूरा रिगार्ड नहीं दे पाए। मैं 23 साल दी उम्र दे विच उन्हां ने फांसी दा जिहड़ा रस्सा उह हस के चुम्मिया सी क्योंकि उन्हां नूं अपना वतन प्यारा सी अपने वतन दे लोक प्यारे सी। उन्होंने छोटी उम्र के बहुत वड्डी प्राप्ति की है जिन्हों कभी भी आने वाली नस्ल ना तोड़ सकदियां ने ना बोल सकदियां ने। उन्होंने हमेशा ही रही दुनिया तक सलूट सलाम बजते रहेंगे। ये ओही पवित्र जगह ਸੱਜੇ ਪਾਸੇ ਕੈਂਪ ਜੇਲ੍ਹ ਹੈ ਜਿਹਨੂੰ ਸੈਂਟਰਲ ਜੇਲ੍ਹ ਵੀ ਆਖਿਆ ਜਾਂਦਾ ਸੀ। ਉਸ ਜੇਲ੍ਹ ਦੇ ਵਿੱਚ ਉਹਨੂੰ ਰੱਖਿਆ ਗਿਆ ਫਿਰ ਉਹ ਸਾਰਾ ਮੁਕੱਦਮਾ ਚੱਲਿਆ ਅਤੇ ਉਹਨਾਂ ਨੂੰ ਫਿਰ ਮਤਲਬ ਸਜ਼ਾਏ ਮੌਤ ਨੂੰ ਸੁਣਾਈ ਗਈ ਅਤੇ ਉਹਨਾਂ ਨੇ ਹੱਸ ਕੇ ਉਹ ਸਜ਼ਾਏ ਮੌਤ ਕਬੂਲ ਕੀਤੀ। 23 ਸਾਲ ਕੀ ਉਮਰ ਹੁੰਦੀ ਹੈ, ਭਰਪੂਰ ਜਵਾਨੀ ਦੀ ਉਮਰ ਦੇ ਵਿੱਚ ਅਤੇ ਐਸੀਆਂ ਸ਼ਖਸੀਅਤ ਮੈਂ ਸਮਝਣਾ ਸਦੀਆਂ ਬਾਅਦ ਹੀ ਪੈਦਾ ਹੁੰਦੀਆਂ ਨੇ। 23 ਮਾਰਚ 1931 ਦਾ ਕਿਹੜਾ ਭਾਰਤੀ ਦਿਨ ਭੁੱਲ ਸਕਦਾ ਜਦ ਸਾਡੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੂੰ ਚੋਰੀ ਛੱਪੀ ਉਸ ਸਮੇਂ ਦੀ ਅੰਗਰੇਜ਼ ਹਕੂਮਤ ਨੇ ਸ਼ਹੀਦ ਭਗਤ ਸਿੰਘ ਦੇ ਨਾਲ ਰਾਜਗੁਰੂ ਸੁਖਦੇਵ ਹੁਣਾਂ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ ਸੀ। ਅਤੇ ਇਸ ਸਮੇਂ ਮੈਂ ਲਾਹੌਰ ਦੇ ਉਸ ਸ਼ਾਦਮਾਨ ਏਰੀਏ ਦੇ ਵਿੱਚ ਆ। ਇਸ ਪਿੱਛੇ ਮੇਰੇ ਉਹ ਚੌਂਕ ਦੇਖ ਸਕਦੇ ਹਾਂ ਜਿੱਥੇ ਸਾਡੇ ਤਿੰਨ ਯੋਧਿਆਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਇਸ ਜਗ੍ਹਾ 'ਤੇ ਇਸ ਸਥਾਨ 'ਤੇ ਉਹਨਾਂ ਨੂੰ ਉਸ ਸਮੇਂ ਦੀ ਅੰਗਰੇਜ਼ ਹਕੂਮਤ ਨੇ ਫਾਂਸੀ 'ਤੇ ਚਾੜਿਆ ਸੀ। ਇਹ ਜਿਹੜੀ ਲਾਹੌਰ ਦੀ ਜੇਲ੍ਹ ਦਾ 1931 ਦੇ ਵੇਲੇ ਇਹ ਪੂਰਾ ਉਸੇ ਅਧੀਨ ਇਹ ਖੇਤਰ ਆਉਂਦਾ ਸੀ ਹਿੱਸਾ ਆਉਂਦਾ ਸੀ। ਇੱਥੇ ਹੀ ਚੋਰੀ ਛੱਪੀ 'ਤੇ ਉਹਨਾਂ ਦੀ ਕੀਤਾ ਗਿਆ ਸੀ ਉਹਨਾਂ ਨੂੰ ਫਾਂਸੀ 'ਤੇ। ਫਿਰ ਜਿਹੜਾ ਸੰਸਕਾਰ ਆ ਹੁਸੈਨੀ ਵਾਲੇ ਵਿਖੇ ਕੀਤਾ ਗਿਆ ਸੀ ਉਸ ਸਮੇਂ ਅੰਗਰੇਜ਼ ਹਕੂਮਤ ਨੇ। ਅਤੇ ਅੱਜ ਅਸੀਂ ਇਸ ਚੌਂਕ 'ਤੇ ਪਹੁੰਚੇ ਹਾਂ, ਬਿਲਕੁਲ ਉਸ ਚੌਂਕ 'ਤੇ ਵੀ ਜਾਵਾਂਗੇ ਕਿਉਂਕਿ ਇਸ ਚੌਂਕ ਦਾ ਇੱਥੋਂ ਦੀ ਸਰਕਾਰ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨਾਮ ਦਿੱਤਾ ਹੋਇਆ, ਹਾਲਾਂਕਿ ਇੱਥੇ ਲਿਖਿਆ ਨਹੀਂ ਆ ਕਿਉਂਕਿ ਹਰ ਧਰਮ 'ਚ ਹਰ ਫਿਰਕੇ ਦੇ ਵਿੱਚ ਹਰ ਕੌਮ ਦੇ ਵਿੱਚ ਬਹੁਤ ਸਾਰੇ ਲੋਕ ਕੱਟੜਪੰਥੀ ਹੁੰਦੇ ਨੇ। ਉਹ ਉੱਥੇ ਇੱਥੇ ਹਰ ਸਾਲ ਜਦੋਂ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ 23 ਮਾਰਚ ਨੂੰ ਇੱਥੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਅਤੇ ਕੁਝ ਲੋਕਾਂ ਨੂੰ ਨਹੀਂ ਚੰਗਾ ਲੱਗਦਾ ਹੈਗਾ। ਹਰ ਮੁਲਕ ਦੇ ਵਿੱਚ ਇੱਦਾਂ ਦੇ ਲੋਕ ਹੁੰਦੇ ਨੇ ਜਿਹੜੇ ਕੱਟੜਪੰਥੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ। ਅਤੇ ਹੁਣ ਜਦੋਂ ਮੈਂ ਉਸ ਚੌਂਕ 'ਤੇ ਜਾਵਾਂਗਾ ਜਿਹੜੇ ਮੇਰੇ ਇੱਥੇ ਲੋਕਲ ਸਾਥੀ ਨੇ ਉਹ ਉਹਨਾਂ ਦੇ ਨਾਲ ਪੂਰੀ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਜਦੋਂ ਮੈਂ ਇਸ ਚੌਂਕ 'ਤੇ ਲਾਗੇ ਪਹੁੰਚਿਆ ਜਦੋਂ ਪਤਾ ਲੱਗਾ ਕਿ ਇਸ ਚੌਂਕ 'ਤੇ ਉਸ ਸਮੇਂ ਅੰਗਰੇਜ਼ ਹਕੂਮਤ ਨੇ ਸਾਡੇ ਤਿੰਨ ਯੋਧਿਆਂ ਨੂੰ ਸੂਰਵੀਰਾਂ ਨੂੰ ਫਾਂਸੀ 'ਤੇ ਚਾੜਿਆ ਸੀ ਕਿਉਂਕਿ ਅੰਗਰੇਜ਼ ਅਫਸਰ ਸਾਂਡਰਸ ਦਾ ਕਤਲ ਦੇ ਕੇਸ ਦੇ ਵਿੱਚ। ਅਤੇ ਮੇਰੇ ਪੈਰਾਂ ਤੋਂ ਲੈ ਕੇ ਦੂਜਾ ਕੀ ਨਾ ਪੈਰਾਂ ਤੋਂ ਲੈ ਕੇ ਮੇਰੇ ਕੀ ਨਾ ਲੂਈ ਕੰਢੇ ਖੜ੍ਹੇ ਹੋ ਰਹੇ ਨੇ, ਬੋਲਿਆ ਨਹੀਂ ਜਾ ਰਿਹਾ, ਲੱਤਾਂ ਕੰਬ ਰਹੀਆਂ ਮੇਰੀਆਂ ਕਿਉਂਕਿ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਸਾਡੇ ਉਸ ਯੋਧੇ ਨੂੰ ਤਿੰਨ ਯੋਧਿਆਂ ਨੂੰ ਇਹ ਇੱਥੇ ਫਾਂਸੀ ਦਿੱਤੀ ਗਈ। ਬੋਲਿਆ ਵੀ ਨਹੀਂ ਜਾ ਰਿਹਾ ਕਿਉਂਕਿ ਇਹ ਥਾਂ ਹੀ ਐਡਾ ਵੱਡਾ ਜਿਹੜਾ ਦੇਸ਼ ਨੂੰ ਜਿਹੜੀਆਂ ਗੁਲਾਮੀ ਦੀਆਂ ਜੰਜੀਰਾਂ ਸੀ ਉਹ ਜੰਜੀਰਾਂ ਤੋੜ ਕੇ ਸਾਨੂੰ ਆਜ਼ਾਦੀ ਮਿਲੀ ਸੀ। ਚਾਹੇ ਆਜ਼ਾਦੀ ਤੋਂ ਪਹਿਲਾਂ ਦੇੜ ਵੰਡ ਤੋਂ ਪਹਿਲਾਂ ਭਾਰਤ ਪਾਕਿਸਤਾਨ ਇਕੱਠੇ ਹੁੰਦੇ ਸੀ। ਅਤੇ ਆਹ ਹੁਣ ਉਹ ਸਥਾਨ ਆ ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਸੁਖਦੇਵ ਉਹਨਾਂ ਨੂੰ ਇੱਥੇ ਫਾਂਸੀ ਚੜ੍ਹਾਈ ਗਈ ਸੀ ਉਸ ਸਮੇਂ ਅੰਗਰੇਜ਼ ਹਕੂਮਤ ਵੱਲੋਂ। ਇਹ ਪੂਰਾ ਜਿਹੜਾ
इलाका है, शादमान का इलाका। ये जड़ा इत्थे नाल ही जिहड़ी जेल आ, पहला उन्हां नूं जेल दे विच रख्या गया सी, ते फिर इत्थे रख्या गया सी, इत्थे लिया के उन्हां नूं फांसी दित्ती गई। असीं उन्हां उस जगह ते ही खड़े हाँ जिथे शहीद आजम सरदार भगत सिंह, राजगुरु सुखदेव उन्हां नूं फांसी दित्ती गई सी। ते मेरे इत्थे जिहड़े लोकल दोस्त ने, यार ने, शबीर सादिक साहब, उन्हां दे नाल गलबात करदे ने। सादिक साहब, ये होर जिहड़ी डिटेल सानूं समझाओ, क्योंकि तुसीं इत्थों दे बछिंदे और इत्थों दे जिहड़े लोक सैकुलर लोक ने जां जिहड़े भगत सिंह नूं चाहुण वाले, प्यार मुफ्त करन वाले, हर साल असीं उधर खबरां सुणदे हां, पढ़दे वी हां कि वो कहिंदे ने कि इत्थे शहीद आजम सरदार भगत सिंह दा बुत लग जे, नाम दित्ता जावे। की इत्थों दी हकूमत ने कीता गा जी? जी, इत्थों दी हकूमत दी बड़ी कोशिश रही जी, परवेज़ मुशर्रफ दौर दे विच वी इस चौक नूं बकायदा भगत सिंह चौक का नाँ दिता वे, लेकिन तुम्हें पता वो थोड़े जे मसले मसायल तो होंगे ही ने, लेकिन उसके बावजूद भी जोड़े आज़ादी के चाहन वाले ने, जोड़े फ्रीडम फाइटर पसंद करते हैं, भावें किसी भी उन्होंने मजहब न तलक हो, हर 23 मार्च में इतने जमा होंगे ने, तो इतने बकायदा उन्होंने याद के उन्होंने मतलब ट्रिब्यूट पेश करते हैं, इतने मोमबत्तियां रोशन करते हैं, या होर जिस जिस तरीके उन्होंने नाँ के नारे बजते हैं। तो भगत सिंह वेखो जी, उन्होंने इस धरती वास्ते, इस मिट्टी नाल प्यार करने की खातर, बल्कि उन्होंने पूरा खानदानी, तुम्हें पता है कि वह आज़ादी के लिए उन्होंने बड़ा किरदार से, तो भगत सिंह का भी बहुत ज़्यादा रोल रहा वे। तो उस वाले देखो ना, वो जो कि एक बड़े साढ़े व्डे आज़ादी के परवाने सन, मुजाह सन, एक लाजपत राय साहब, उन्होंने जो तशद्द करके मार दिता गया, तो उन्होंने कहा जी मैं बदला लवाँगा, तो वो जो सुपरिटेंडेंट पुलिस से उस दौर का अंग्रेज सरकार का, उन्होंने कतल करने वास्तव इरादा करके निकले, तो सुपरिटेंडेंट गलती के उन्होंने डिप्टी सुपरिटेंडेंट मार दिता, तो उस जुर्म के उन्होंने गिरफ़्तार किया गया। तो साढ़े यहाँ सज्जे पासे कैंप जेल है, जिन्होंने सेंट्रल जेल भी आख्या जाता है, उस जेल के उन्होंने रखा गया, फिर वो सारा मुकदमा चलिया, तो उन्होंने फिर मतलब सजाए मौत जो सुनाई गई, तो उन्होंने हस के उस सजाए मौत कबूल की। तो तुम्हें भी पता है कि साढ़े सुनने वाले पहले भी पता होगा, लेकिन वो बहुत ज़्यादा पढ़ने बड़े शौकीन सन भगत सिंह साहब, तो बहुत ज़्यादा किताबों उन्हें पढ़िया, उन्हें कार्ल मार्क्स पढ़िया, लीनन पढ़िया, होर इस तरह के जिन्हें भी मतलब के लैफ्टिस्ट सन उन्होंने, तो वो आखिरी वेले लैनन की किताब पढ़ते पे सन, तो जो उन्होंने पूछा गया ना कि तुम्हारी आखिरी ख्वाहिश की है, तुम्हें जाए सजाए मौत असी देनी है, तो उन्हें कहा जी मैं किताब पढ़ना पिया वा, तो मेरी ख्वाहिश है कि मैं मरण तो पहले किताब मुकम्मल कर लवा, यानी इन्ना मुतालिया का शौक से उन्होंने, तो उन्होंने कोई अफसोस नहीं, उन्होंने कि मैं आज़ादी वास्ते अपनी जान कुर्बान करना पाया, तो मेरी जान की मतलब हाज़र है, मेरा हर कुछ हाज़र है इस आज़ादी वास्ते, तो सोने देश की आज़ादी वास्ते उन्होंने बड़ा वड्डा रोल है। जिहड़े जिहड़े आज़ादी के परवाने ने, आज़ादी के मतवाले ने, उन्होंने वास्ते रोशन मीनारा ने भगत सिंह, उन्होंने होर भी बड़े ने आज़ादी के जिन्होंने किरदार अदा किया, बहरहाल जी उन्होंने सलाम है साडा, तो उस तरह के जिन्हें भी किरदार ने, भावें मुसलमान ने, भावें सिख ने, भावें किसी भी मजहब उन्होंने तलक है, जिन्हें जिन्हें अपने देश की आज़ादी वास्ते किरदार अदा किया है, वो जिहड़े साडे लोग ने, लिबरल जो आते हैं इत्थे, तो उन्होंने सलाम पेश करते हैं जी, तो यह सिलसिला हर 23 मार्च में इतने जारी रहा वे। जो उन्होंने जन्मदिन 10 सितंबर के महीने उदों भी फिर उन्होंने मतलब जरूरी नहीं कि ऐसी जगह पर, लाहौर के बड़ी बड़िया जगह पर उन्होंने याद में तकरीबात होंगे ने, तो उन्होंने ट्रिब्यूट पेश किया जाता वे। तो वह भी कहते जे डी ए वी कॉलेज जिते उन्होंने सैंडरस का उन्होंने गोली चलाई सी, दरख्त भी वह भी इतने भी लाहौर के भी इसी जगह पर ही है। तो उस अलावा तुम्हें पता जी उन्होंने पैदाश थी जी जिला लैलपुर के हैगी, अजकल जिन्होंने असं फैसलाबाद कहने, तो फैसलाबाद से जड़ांवाला के विचकार एक जगह से उत्थे वो पैदा हुए सन, तो फिर इब्तदाई तलीम तो उन्होंने उत्थी हासिल की थी भगत सिंह साहब ने, लेकिन बाद हाई तो तुम्हें पता है मरकज से लाहौर इलमो अदब का हमेशा तो मरकज रहा है, पर उन्होंने वालदे ने समझा कि साढ़े इस बच्चे जदीद तलीम वास्ते, देखो उन्होंने तलीमो तरबीयत वास्ते उन्हें अपना आबाई इलाका छड़िया, तो लाहौर के आकर रहे, इतने फिर उन्होंने कॉलेज में दाखिला लैके दिता, तो पढ़े मतलब देखो हूँ 23 साल की उम्र होंगी है, भरपूर जवानी की उम्र, लेकिन उन्हें पता नहीं किनिया सैकड़ा किताबा पढ़िया इन्नी घट उम्र, यानी इलमो अदब के दिलदादा सन, आज़ादी के दिलदादा सन, तो ऐसा शख्सियात मैं समझना सदियों बाद ही पैदा होंदिया ने। ਰਵਿੰਦਰ ਜੀ, ਇਸ ਸਥਾਨ 'ਤੇ ਆ ਕੇ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ? ਜਗਤਾਰ ਜੀ, ਮੈਂ ਇਹ ਮਹਿਸੂਸ ਕਰ ਰਿਹਾ ਕਿ ਜਿਵੇਂ ਅਸੀਂ ਬਹੁਤ ਕਿਸੇ ਮੁਕੱਦਸ ਸਥਾਨ 'ਤੇ ਆ ਕੇ ਉਹਦੀ ਜ਼ਿਆਰਤ ਕਰਨ ਆਏ ਹੋਈਏ, ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਅਸੀਂ ਐਡੇ ਵੱਡੇ ਜਿਹੜੇ ਆਜ਼ਾਦੀ ਦੇ ਪਰਵਾਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਔਰ ਸੁਖਦੇਵ ਹੁਣੀ, ਉਸ ਜਗ੍ਹਾ 'ਤੇ ਅਸੀਂ ਖਲੋਤੇ ਹਾਂ ਜਿੱਥੇ ਉਹਨਾਂ ਦਾ ਜੋ ਬਹੁਤ ਵੱਡੇ ਕਾਜ਼ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ, ਸੈਕਰੀਫਾਈਸ ਕੀਤਾ। ਲੇਕਿਨ ਇਹਦੇ ਨਾਲ ਨਾਲ ਮੈਨੂੰ ਥੋੜ੍ਹਾ ਇਹ ਮਹਿਸੂਸ ਹੋ ਰਿਹਾ ਕਿ ਜਿਹੜੀ ਗੱਲ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਸੀ, ਉਸ ਗੱਲ ਦੇ ਉੱਤੇ ਅਸੀਂ ਫੁੱਲ ਨਹੀਂ ਚੜਾਏ, ਉਸ ਸੋਚ ਦੇ ਉੱਤੇ ਪਹਿਰਾ ਨਹੀਂ ਦਿੱਤਾ। ਮੈਨੂੰ ਪਤਾ ਲੱਗਿਆ ਕਿ ਇੱਥੇ ਉਹਨਾਂ ਦਾ ਬੁੱਤ, ਉਹਨਾਂ ਦਾ ਨਾਮ ਇਸ ਚੌਕ ਦਾ ਰੱਖਣ 'ਤੇ ਵੀ ਮੁਖਾਲਫਤ ਹੁੰਦੀ ਆ, ਅਤੇ ਇਹਦਾ ਮਤਲਬ ਇਹ ਆ ਕਿ ਉਹਨਾਂ ਦੀ ਆਜ਼ਾਦੀ ਨੂੰ ਅਸੀਂ
ਜਿਹੜਾ ਪੂਰਾ ਰਿਗਾਰਡ ਨਹੀਂ ਦੇ ਪਾਏ ਜਦ ਕਿ ਉਹ ਚੰਦ ਇੱਕ ਨੇ ਮਤਲਬ ਕਿ ਮੋਸਟਲੀ ਜਿਹੜੀ ਮੈਜੋਰਿਟੀ ਆਫ ਦਾ ਪੀਪਲ ਨੇ ਇੱਥੋਂ ਦੇ ਉਹ ਉਹਨਾਂ ਦੀ ਖਿਦਮਾਤ ਦਾ ਇਤਰਾਫ਼ ਕਰਦੇ ਨੇ ਅਗਰ ਚੰਦ ਇੱਕ ਲੋਕ ਨੇ ਮਤਲਬ ਕਿ ਦੋ ਚਾਰ ਲੋਕ ਅਗਰ ਤੁਸੀਂ ਕਰੋੜਾਂ ਲੋਕਾਂ 'ਚ ਕਹਿ ਦਿਓ ਤਾਂ ਉਹ ਪੂਰੇ ਪਾਕਿਸਤਾਨੀ ਚੰਦ ਇੱਕ ਲੋਕ ਨੇ ਚੰਦ ਕੀ ਲੋਕ ਕੱਟੜ ਜਿਹੜੇ ਲੋਕ ਹੁੰਦੇ ਨਾ ਉਹ ਹਰ ਧਰਮ 'ਚ ਮੈਨੂੰ ਲੱਗਦਾ ਹੈ ਇਹਦਾ ਮਤਲਬ ਇਹ ਆ ਕਿ ਥੋੜ੍ਹੇ ਲੋਕ ਡੋਮੀਨੇਟ ਕਰ ਰਹੇ ਆ ਅਤੇ ਪਰ ਮੈਂ ਇਹ ਸਮਝਦਾ ਮੈਂ ਹਕੂਮਤ ਨੂੰ ਵੀ ਇੱਥੋਂ ਦੀ ਰਿਕੁਐਸਟ ਕਰੂੰਗਾ ਲੋਕਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਐਡੀ ਵੱਡੀ ਸ਼ਹਾਦਤ ਨੂੰ ਆਪਾਂ ਓਨਰ ਕਰੀਏ ਉਹਨਾਂ ਦਾ ਇਸ ਨਾਮ ਦੇ ਉੱਤੇ ਇਸ ਨੂੰ ਤਸਲੀਮ ਕਰੋ ਇਸ ਨਾਮ ਨੂੰ ਇਸ ਚੌਕ ਨੂੰ ਔਰ ਦੂਸਰਾ ਇਹ ਹੈ ਕਿ ਜਿਹੜੀ ਹੈਗੀ ਆ ਭਗਤ ਸਿੰਘ ਨੇ ਵੀ ਇੱਥੋਂ ਤੱਕ ਕਿ ਊਧਮ ਸਿੰਘ ਹੋਣਾ ਨੇ ਵੀ ਐਡੇ ਵੱਡੇ ਜਿਹੜੇ ਰੋਲ ਪਲੇ ਕੀਤੇ ਉਹਨਾਂ ਨੇ ਤਾਂ ਸੈਕੂਲਰਿਜ਼ਮ ਨੂੰ ਡਿਵੈਲਪ ਕੀਤਾ ਮੁਹੰਮਦ ਸਿੰਘ ਆਜ਼ਾਦ ਨਾਮ ਰੱਖਿਆ ਸੀਗਾ ਊਧਮ ਸਿੰਘ ਨੇ ਆਪਣਾ ਮੁਹੰਮਦ ਆਜ਼ਾਦ ਸਿੰਘ ਆਜ਼ਾਦ ਦਾ ਮਤਲਬ ਆ ਕਿ ਹਿੰਦੂ ਮੁਸਲਿਮ ਦਾ ਯੂਨਿਟੀ ਦਿਖਾਈ ਸੀ ਆਪਣੇ ਨਾਮ ਦੇ ਰਾਹੀਂ ਸੋ ਸ਼ਹੀਦਾਂ ਦੇ ਸੁਪਨੇ ਆ ਉਹ ਸੁਪਨਿਆਂ 'ਤੇ ਅਸੀਂ ਚੱਲੀਏ ਮਤਲਬ ਸ਼ਹੀਦ ਸਾਰਿਆਂ ਦੇ ਸਾਂਝੇ ਹੁੰਦੇ ਆ ਉਹਨਾਂ 'ਤੇ ਸਾਨੂੰ ਕੋਈ ਕੰਟਰੋਵਰਸੀ ਨਹੀਂ ਕਰਨੀ ਚਾਹੀਦੀ ਔਰ ਸਾਰਿਆਂ ਨੂੰ ਰਲ ਕੇ ਉਹਨਾਂ ਨੂੰ ਜਿਵੇਂ ਸਾਂਝਾ ਮੰਨ ਲੈਣਾ ਚਾਹੀਦਾ ਕਿ ਜੋ ਵੀ ਹੈਗਾ ਉਹ ਸਾਂਝੇ ਆ ਸਾਰਿਆਂ ਸਰ ਸਾਹਿਬ ਇੱਥੇ ਭਗਤ ਸਿੰਘ ਬਾਰੇ ਸਿਲੇਬਸ 'ਚ ਵੀ ਪੜ੍ਹਾਇਆ ਜਾਂਦਾ ਕੁਛ ਜੀ ਬਿਲਕੁਲ ਸਾਡੇ ਦੇਖੋ ਟ੍ਰਿਬਿਊਟ ਜਿੱਥੋਂ ਤੱਕ ਨਾ ਸਾਡੇ ਜਿੰਨੇ ਵੀ ਨੈਸ਼ਨਲ ਅਖਬਾਰਾਂ ਨੇ ਸਾਡੇ ਨੈਸ਼ਨਲ ਚੈਨਲ ਨੇ ਬਕਾਇਦਾ ਰਿਪੋਰਟਾਂ ਉਹਨਾਂ 'ਤੇ ਚੱਲਦੀਆਂ ਨੇ ਉਹਨਾਂ ਦੀ ਖਿਦਮਾਤ ਦਾ ਇਤਰਾਫ਼ ਕੀਤਾ ਜਾਂਦਾ ਪੂਰੇ ਪੂਰੇ ਆਰਟੀਕਲ ਛਪਦੇ ਨੇ ਹਰ ਸਾਲ ਅਤੇ ਕਿਤਾਬਾਂ ਦੇ ਵਿੱਚ ਵੀ ਮਤਲਬ ਬਕਾਇਦਾ ਉਹਨਾਂ ਦਾ ਜ਼ਿਕਰ ਮਿਲਦਾ ਵੇ ਅਤੇ ਉਸ ਤੋਂ ਇਲਾਵਾ ਜਿਹੜੀ ਗੱਲ ਨਾ ਅੱਜ ਦੇਖੋ ਅੱਜ ਅਸੀਂ 19 ਮਾਰਚ ਦੇ ਦਿਹਾੜੇ ਇੱਥੇ ਖਲੋਤੇ ਹਾਂ ਸਿਰਫ 23 ਮਾਰਚ ਦੇ 4 ਦਿਨ ਦਾ ਫਰਕ ਹੈ ਤੁਹਾਡਾ ਹੁਣ ਵੀਜ਼ਾ ਨਹੀਂ ਹੈਗਾ ਤੁਸੀਂ ਇੱਥੇ ਹੁੰਦੇ ਤੁਸੀਂ ਵੇਖਦੇ ਕਿ ਇੱਥੇ ਬੜੇ ਲੋਕ ਆਉਂਦੇ ਨੇ ਬਕਾਇਦਾ ਉਹਨਾਂ ਦੀ ਖਿਦਮਾਤ ਦਾ ਇਤਰਾਫ਼ ਕਰਦੇ ਨੇ ਅਤੇ ਫਿਰ ਉਹਨਾਂ ਦੇ ਨਾਅਰੇ ਵੀ ਲਾਉਂਦੇ ਨੇ ਅਤੇ ਉਹ ਮਤਲਬ ਤੁਹਾਨੂੰ ਪਤਾ ਕਿ ਥੋੜ੍ਹੇ ਲੋਕਾਂ ਨੂੰ ਸਾਹਮਣੇ ਰੱਖ ਕੇ ਅਸੀਂ ਮੈਜੋਰਿਟੀ ਦੇ ਉੱਤੇ ਨਹੀਂ ਕਹਿ ਸਕਦੇ ਕਿ ਲੋਕ ਉਹਨਾਂ ਦੀ ਖਿਦਮਾਤ ਦਾ ਇਤਰਾਫ਼ ਨਹੀਂ ਕਰਦੇ ਅਤੇ ਪਾਕਿਸਤਾਨੀ ਕੌਮ ਮਤਲਬ ਤੁਹਾਨੂੰ ਪਤਾ ਬਹੁਤ ਜ਼ਿਆਦਾ ਇਹਦੇ ਵਿੱਚ ਜਿਹੜੇ ਨੇ ਉਹ ਇਤਦਾਲ ਦੀ ਸੋਚ ਰੱਖਣ ਵਾਲੇ ਨੇ ਇਸਲਾਮ ਦਾ ਸਾਡਾ ਮਜ਼ਹਬ ਉਹ ਹੈ ਹੀ ਇਤਦਾਲ ਦਾ ਮਜ਼ਹਬ ਹੈ ਉਹ ਮਿਆਨਾ ਰਬੀ ਦਾ ਮਜ਼ਹਬ ਹੈ ਅਤੇ ਉਹ ਤਾਂ ਹਰ ਫਿਰਕੇ ਹਰ ਮਜ਼ਹਬ ਅਤੇ ਹਰ ਤਬਕੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਦਰਸ ਦਿੰਦਾ ਵੇ ਬਿਲਕੁਲ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਇੱਥੇ ਆਏ ਹੋਏ ਹਾਂ ਜੀ 19 ਤਰੀਕ ਅੱਜ ਅਤੇ 20 ਨੂੰ ਅਸੀਂ ਜਿਹੜਾ ਡੈਲੀਗੇਟ ਆਇਆ ਅਸੀਂ ਆਪਣੇ ਭਾਰਤ ਵਾਪਸ ਚਲੇ ਜਾਣਾ ਹੈਗਾ ਔਰ ਬੜਾ ਦੁੱਖ ਲੱਗ ਰਿਹਾ ਕਿ ਕਾਸ਼ ਅਸੀਂ 4 ਦਿਨ ਦਾ ਵੀਜ਼ਾ ਹੋਰ ਹੁੰਦਾ ਅਤੇ ਅਸੀਂ ਇਸ ਜਿਹੜਾ ਉਹਨਾਂ ਦਾ ਦਿਨ ਆ ਇੱਥੇ ਸਿਜਦਾ ਹੁੰਦੇ ਨਤਮਸਤਕ ਹੁੰਦੇ ਔਰ ਉਸ ਆਜ਼ਾਦੀ ਦੇ ਪਰਵਾਨੇ ਨੂੰ ਸਲੂਟ ਕਰਦੇ ਸਲਾਮ ਕਰਦੇ ਪਰ ਕਿਉਂਕਿ ਵੀਜ਼ਾ ਸਾਡੇ ਕੋਲ ਕੱਲ੍ਹ ਦਾ ਲੇਕਿਨ ਇਸੇ ਕਰਕੇ ਅੱਜ ਹੀ ਅਸੀਂ ਤੁਹਾਨੂੰ ਇਹ ਜਗ੍ਹਾ ਉਸ ਸਥਾਨ 'ਤੇ ਦਿਖਾ ਰਹੇ ਹਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਇਸ ਸਥਾਨ 'ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਨੂੰ ਫਾਂਸੀ ਦਿੱਤੀ ਗਈ ਸੀ ਅਤੇ ਇਹ ਅਸੀਂ ਮੰਗ ਕਰਾਂਗੇ ਖੁਦ ਵੀ ਪਾਕਿਸਤਾਨ ਸਰਕਾਰ ਨੂੰ ਲੈਂਦੇ ਪੰਜਾਬ ਦੀ ਸਰਕਾਰ ਨੂੰ ਵੀ ਕਿ ਆਜ਼ਾਦੀ ਦੇ ਜਿਹੜੇ ਪਰਵਾਨੇ ਸੀ ਉਹ ਸਾਰਿਆਂ ਦੇ ਸਾਂਝੇ ਸਨ ਕਿਸੇ ਇੱਕ ਫਿਰਕੇ ਦੇ ਨਹੀਂ ਸੀ ਕਿਸੇ ਇੱਕ ਧਰਮ ਦੇ ਨਹੀਂ ਸੀ ਆਜ਼ਾਦੀ ਉਹਨਾਂ ਨੇ ਗੁਲਾਮੀ ਅੰਗਰੇਜ਼ ਹਕੂਮਤ ਦੇ ਖਿਲਾਫ਼ ਝੰਡਾ ਬੁਲੰਦ ਕੀਤਾ ਸੀ 23 ਸਾਲ ਦੀ ਉਮਰ ਦੇ ਵਿੱਚ ਅਤੇ ਮੈਨੂੰ ਲੱਗਦਾ ਕਿ ਪਰਮਾਤਮਾ ਕਰੇ ਵਾਹਿਗੁਰੂ ਕਰੇ ਕਿ ਜਦੋਂ ਵੀ ਅਗਲੇ ਸਾਲ ਇੱਥੇ ਪੰਜਾਬ ਤੋਂ ਆਵੇ ਕੋਈ ਇੰਡੀਆ ਤੋਂ ਕੋਈ ਆਵੇ ਜਾਂ ਪੂਰੇ ਦੁਨੀਆ ਤੋਂ ਕੋਈ ਆਵੇ ਇੱਥੇ ਉਹਨਾਂ ਦੇ ਨਾਮ 'ਤੇ ਬਕਾਇਦਾ ਚੌਂਕ 'ਤੇ ਬਣ ਗਿਆ ਲਿਖਿਆ ਹੋਵੇ ਚਾਹੇ ਉਰਦੂ 'ਚ ਲਿਖਿਆ ਹੋਵੇ ਚਾਹੇ ਸ਼ਾਹਮੁਖੀ 'ਚ ਲਿਖਿਆ ਹੋਵੇ ਚਾਹੇ ਇੰਗਲਿਸ਼ ਦੇ ਵਿੱਚ ਲਿਖਿਆ ਹੋਵੇ ਅਤੇ ਇੱਕ ਬੁੱਤ ਵੀ ਇੱਥੇ ਬਣਾਉਣਾ ਚਾਹੀਦਾ ਹੈਗਾ ਕਿ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਨਸਲਾਂ ਨੇ ਉਹਨਾਂ ਨੂੰ ਵੀ ਪਤਾ ਲੱਗੇ ਕਿ ਜਿਹੜੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਕਿਵੇਂ ਉਹਨਾਂ ਨੇ ਅੰਗਰੇਜ਼ ਹਕੂਮਤ ਦੇ ਖਿਲਾਫ਼ ਝੰਡਾ ਬੁਲੰਦ ਕੀਤਾ ਸੀ ਮੈਂ ਜੇ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਫਾਂਸੀ ਦਾ ਜਿਹੜਾ ਰੱਸਾ ਉਹ ਹੱਸ ਕੇ ਚੁੰਮਿਆ ਸੀ ਕਿਉਂਕਿ ਉਹਨਾਂ ਨੂੰ ਆਪਣਾ ਵਤਨ ਪਿਆਰਾ ਸੀ ਆਪਣੇ ਵਤਨ ਦੇ ਲੋਕ ਪਿਆਰੇ ਸੀ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਜਿਹਨੂੰ ਕਦੀ ਵੀ ਆਉਣ ਵਾਲੀਆਂ ਨਸਲਾਂ ਨਾ ਤੋੜ ਸਕਦੀਆਂ ਨੇ ਨਾ ਬੋਲ ਸਕਦੀਆਂ ਨੇ ਉਹਨਾਂ ਨੂੰ ਹਮੇਸ਼ਾ ਹੀ ਰਹਿੰਦੀ ਦੁਨੀਆ ਤੱਕ ਸਲੂਟ ਸਲਾਮ ਵੱਜਦੇ ਰਹਿਣਗੇ ਇਹ ਉਹੀ ਪਵਿੱਤਰ ਜਗ੍ਹਾ ਜਿੱਥੇ ਉਸ ਸਮੇਂ ਦੀ ਅੰਗਰੇਜ਼ ਹਕੂਮਤ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਰਾਜਗੁਰੂ ਸੁਖਦੇਵ ਹੋਣਾ ਨੂੰ ਫਾਂਸੀ ਚਾੜੀ ਸੀ ਅਤੇ ਲਾਹੌਰ ਤੋਂ ਮੈਂ ਜਗਤਾਰ ਭੁੱਲਰ ABC ਪੰਜਾਬ